ਉਹ ਭੈਣੇ ਘਰੇ ਹੋ? ਸਤਿ ਸ੍ਰੀ ਅਕਾਲ ਭੈਣੇ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ। ਹੋਰ ਮੇਰੀ ਭੈਣ ਕੀ ਹਾਲ ਚਾਲ ਹੈ? ਠੀਕ ਠਾਕ ਵਧੀਆ, ਤੂੰ ਦੱਸ ਕਿਵੇਂ? ਲੈ ਮੈਂ ਠੀਕ ਹਾਂ, ਵਧੀਆ ਠੀਕ ਠਾਕ ਆ, ਦੇਖ ਤੇਰੇ ਸਾਹਮਣੇ ਆ। ਚੱਲ ਵਧੀਆ ਹੋ ਗਿਆ। ਨੀ ਹਰਪ੍ਰੀਤ, ਆ ਮਨਿੰਦਰ ਪਾਣੀ ਲੈ ਕੇ ਆ। ਹੋਰ ਦੱਸ ਭੈਣ ਕਿਵੇਂ ਆ? ਸਾਰੇ ਘਰੇ ਵਧੀਆ? ਸਾਰੇ ਵਧੀਆ, ਤੂੰ ਦੱਸ ਠੀਕ ਠਾਕ ਹੈ? ਚੱਲ ਵਧੀਆ, ਫੋਨ ਆ ਗਿਆ, ਮੈਂ ਸੁਣ ਲਾ ਘਰੋਂ ਆਇਆ ਕਿਥੋਂ ਆਇਆ। ਹੈਲੋ ਹੈਲੋ, ਹਾਂਜੀ ਗਿਆ, ਇਹਨਾਂ ਦੀ ਮਾਂ ਲਾਈ ਜਾਂਦੀ ਆ ਫੋਨ, ਮੈਂ ਹੁਣ ਫੋਨ ਕਰਕੇ ਦੱਸ ਹੀ ਦੇਵਾਂ। ਹੈਲੋ, ਹਾਂ, ਆਵਾਜ਼ ਹੀ ਨਹੀਂ ਆਈ ਸੀ ਤੇਰੀ। ਹਾਂ ਹਾਂ ਹਾਂ, ਨਾ ਮੈਂ ਤਾਂ ਭੈਣ ਕੋਲੇ ਪਹੁੰਚ ਗਿਆ ਹੁਣ, ਹੁਣ ਤੂੰ ਆਪ ਹੀ ਸਾਂਭ ਡੰਗਰ ਬੱਛਾ ਨਾਲ ਜਵਾਕ, ਹੋਰ ਫਿਰ ਤੂੰ ਤਾਂ ਕਰਦੀ ਨਹੀਂ ਸੇਵਾ, ਮੈਂ ਤਾਂ ਹੁਣ ਇੱਥੇ ਭੈਣ ਕੋਲੇ ਆ ਗਿਆ। ਹਾਂ ਕੋਲੇ ਬੈਠੀ ਆ, ਲੈ ਕਰ ਲਾ। ਹੈਲੋ, ਹਾਂ ਭਾਬੀ ਸਤਿ ਸ਼੍ਰੀ ਅਕਾਲ, ਹੋਰ ਕਿਵੇਂ, ਠੀਕ ਹੈ? ਚੱਲ ਠੀਕ ਹੀ ਚਾਹੀਦਾ ਗਾ। ਹਾਂ ਹਾਂ, ਨਹੀਂ ਰਹੂਗਾ ਹੁਣ ਤਾਂ 10 ਦਿਨ, ਤੂੰ ਬੇਫਿਕਰ ਹੋ ਜਾ। ਕੋਈ ਨਹੀਂ, ਉਹ ਤਾਂ ਇਹਦੀ ਉਹ ਆਦਤ ਹੀ ਆ ਬੋਲਣ ਦੀ, ਫਿਰ ਕੀ ਹੁੰਦਾ, ਗੁੱਸਾ ਨਹੀਂ ਕਰੀਦਾ ਹੁੰਦਾ। ਚੱਲ ਠੀਕ ਹੈ, ਚੰਗਾ ਚੰਗਾ ਫਿਰ, ਚੰਗਾ ਆ ਲੈ ਵੀਰੇ। ਤੇ ਚਾਹ ਪਤਾ ਨਹੀਂ ਕਾਹਤੇ ਰੱਖ ਲਈ ਭਾਈ, ਹਜੇ ਚਾਹ ਨਹੀਂ ਲੈ ਕੇ ਆਈ ਤੂੰ? ਦਾਲ ਕਿਹੜੀ ਖਾਣੀ ਹੈ? ਦਾਲ ਜਿਹੋ ਜਿਹੀ ਬਣਾਓਗੇ ਆਪਾਂ ਖਾ ਲਾਂਗੇ, ਆਪਾਂ ਨੂੰ ਕਿਹੜਾ ਸਾਰਾ ਨਾ ਸਵਾਦ ਹੁੰਦਾ, ਕੀ ਹੁੰਦਾ? ਨਹੀਂ ਹੁੰਦਾ ਕਿਉਂ ਨੀ ਗਾ, ਜੋ ਬੱਤੀਆਂ ਦੰਦਾਂ ਚ ਮੰਗੇਗਾ ਨਾ ਉਹੀ ਹਾਜ਼ਰ ਕਰੂੰਗੀ ਮੈਂ। ਚੱਲ ਫਿਰ ਐਂ ਕਰ ਲਿਓ, ਜੇ ਜਵਾਕ ਵੀ ਖਾਣ ਪੀਣਗੇ ਤਾਂ ਮੈਂ ਵੀ ਫਿਰ ਲੱਕੜ ਗੋਭੀ ਖਾ ਦੂੰਗਾ। ਹੈ ਮੰਮਾ ਜੀ, ਆ ਜਾ ਚਾਹ ਬਣਾ ਲਈ ਮੈਂ, ਅੰਦਰ ਬਹਿ ਕੇ ਪੀਨੇ ਆਪਾਂ। ਅੱਛਾ ਚਲੋ ਫਿਰ, ਚਲੋ ਚੱਕ ਚਲੋ ਚਲੋ, ਉਹ ਤਾਂ ਮੈਂ ਮੰਗਾ ਲਈ। ਹਾਂ ਇਹਦੇ ਚ ਪਹਿਲਾਂ ਹੀ ਕਹਿਦਾ ਸੀ ਮੈਂ, ਲੈ ਆਹ ਫੜਾ ਦੋ। ਆਏ ਹਾਏ ਚਲ, ਆ ਸੰਤਰੇ ਸੰਤਰੇ ਜੇ ਕੱਢ ਲਿਓ ਭਾਈ, ਕਿਤੇ ਹੋਰ ਖਰਾਬ ਨਾ ਹੋ ਜਾ, ਵਿੱਚ ਮੇਰੇ ਲੀੜੇ ਆ। ਪਹਿਲਾਂ ਤਾਂ ਕੱਲੀ ਮੰਮੀ ਹੀ ਮਾਨ ਸੀ, ਆ ਹੁਣ ਮਾਮਾ ਆ ਗਿਆ, ਮੈਨੂੰ ਪੱਕਾ ਪਤਾ ਵੀ ਪੱਕਾ ਕੋਈ ਕਲੇਸ਼ ਪਵਾ ਕੇ ਜਾਊਗਾ। ਇੱਕ ਤਾਂ ਨਖਰੇ ਇੰਨੇ ਕਰਦਾ, ਜੇ ਸਬਜ਼ੀ ਥੋੜ੍ਹੇ ਘਿਓ ਘੱਟ ਪੈ ਜੇ ਤਾਂ ਇਹਨੇ ਬੋਲਣਾ। ਆ ਪਿਛਲੀ ਵਾਰ ਵੀ ਇਸ ਗੱਲ 'ਤੇ ਗਾਲ ਪਵਾ ਕੇ ਗਿਆ ਸੀਗਾ ਮਾਮਾ, ਪਤਾ ਨਹੀਂ ਕੀ ਹੁਣ ਕਦੋਂ ਜਾਊਗਾ, ਜਿੰਨੇ ਦਿਨ ਰਹੂਗਾ ਨਾ ਉਨੇ ਦਿਨ ਕਲੇਸ਼ ਪਵਾ ਕੇ ਹੀ ਰਹੂਗਾ ਇੱਥੇ, ਹਜੇ ਤਾਂ ਨਹੀਂ ਪਤਾ ਵੀ ਕਿਹੜੀ ਗੱਲ ਕੱਢ ਮਾਰੇ। ਕੀ ਹੋ ਗਿਆ ਜੀ, ਕੱਲੀ ਜੀ ਬੋਲੀ ਇੰਨੀ ਆ? ਕੁਛ ਨਹੀਂ ਕੁਛ ਨਹੀਂ ਹਰਪ੍ਰੀਤ, ਮਾਮਾ ਆ ਗਿਆ ਅੰਦਰ? ਹਾਂ ਅੰਦਰ ਆ ਗਿਆ, ਚੱਲ ਚਾਹ ਲਿਆ। ਮਾਮਾ ਸਮੋਸੇ ਸਵਾਦ ਸੀ? ਲੈ ਸਾਰਾ ਕੁਛ ਸਵਾਦ ਸੀ, ਸੇਵੀ ਗੁਲਾਬ ਜਾਮਣਾ ਵੀ।
ਹੈ ਇੰਨੀ ਖੇਚਲ ਕਰਨ ਦੀ ਦੱਸ ਕੀ ਲੋੜ ਸੀ ਮੰਮੀ ਨੇ ਦੱਸ ਤਾਂ ਆਇਆ ਤੂੰ ਹੈ ਮਸਾ ਤਾਂ ਆਇਆ ਤੂੰ ਖੇਚਲਾ ਤਾਂ ਕਰਾਂਗੇ ਉਹ ਚੱਲ ਕੋਈ ਗੱਲ ਨਹੀਂ ਹੈਗਾ ਥਾਂ ਬੈਠਣ ਨੂੰ ਲੈ ਲੈ ਬੈਠ ਇੱਧਰ ਬੈਠਾ ਹੀ ਇਕੱਲਾ ਹੀ ਹੋਏਗਾ ਕਿਤੇ ਸਾਰੇ ਐਵੇਂ ਕਿਵੇਂ ਇਕੱਲਾ ਬੈਠੂਗਾ ਉਹ ਮੰਮੀ ਨੇ ਮੈਨੂੰ ਦੱਸਤਾ ਕਹਿੰਦੀ ਤੇਰਾ ਮਾਮਾ ਆਉਂਦਾ ਇਹਨੂੰ ਵੀ ਕਹਿੰਦੀ ਛੁੱਟੀਆਂ ਲੈ ਲਾ ਤੇ ਐਂ ਕਰਕੇ ਤੂੰ ਸਮਾਨ ਲੈ ਗਿਆ ਫਿਰ ਮੈਂ ਨਾਲ ਦੀ ਨਾਲ ਗਿਆ ਭੱਜਿਆ ਉਧਰ ਉਹ ਭਾਣ ਜਾ ਮੈਂ ਹੀ ਕਿਹਾ ਸੀ ਮਾਂ ਹੁਣ 4 ਦਿਨ ਰਹਾਂਗੇ ਤਾਂ ਚੱਲ ਨਾਲੇ ਤੁਸੀਂ ਆਏ ਨਾ ਮੇਰੇ ਕੋਲ ਰਹੋਗੇ ਮੇਰਾ ਵੀ ਜੀ ਲੱਗਿਆ ਰਹੂਗਾ ਹਨਾ ਤੈਨੂੰ ਪਤਾ ਇੱਕ ਤਾਂ ਬਿਮਾਰ ਸੀ ਪਹਿਲਾਂ ਠੀਕ ਹੈ ਤਾਂ ਕਰਕੇ ਬਸ ਘਰੇ ਜੀਜਾ ਨਹੀਂ ਲੱਗਦਾ ਸੀ ਮਾਂ ਚੱਲ ਭਾਣ ਜਾ ਉਹਨਾਂ ਕੋਲ ਚੱਲਦੇ ਨਾਲੇ ਵਧੀਆ ਹੋਰ ਗੇੜਾ ਵੱਜ ਗਿਆ ਇੰਨਾ ਹਾਂ ਮੈਂ ਤਾਂ ਐਂ ਕਹਿੰਦਾ ਸੀ ਫਿਰ ਆਥਣ ਦਾ ਕੀ ਪਲਾਨ ਆਥਣ ਦਾ ਕੀ ਪਲਾਨ ਕਰਨਾ ਕੀ ਖਾਏਗਾ ਮੁਰਗਾ ਕਿ ਬੱਕਰਾ ਵਾ ਤੁਸੀਂ ਸਿਆਣੇ ਹੋ ਭਾਣ ਜਿਓ ਮੈਂ ਤਾਂ ਹੁਣ ਕੀ ਦੱਸਾਂ ਹੈ ਮੈਨੂੰ ਪਤਾ ਘਰੇ ਬੰਦੀ ਆ ਗਈ ਕਿਸੇ ਚੀਜ਼ ਦੀ ਤਾਂ ਕਰਕੇ ਇੱਧਰ ਨੂੰ ਖਿੱਚਤਾ ਰੂਟ ਹੁਣ ਉਹਦਾ ਮਾਮੀ ਨਾਲ ਲੜਾਈ ਹੋ ਗਈ ਫਿਰ ਉਹ ਮਾਮੀ ਨਾਲ ਤਾਂ ਤੇਰੀ ਲੜਾਈ ਰੋਜ਼ ਹੀ ਹੁੰਦੀ ਰਹਿੰਦੀ ਆ ਤੈਨੂੰ ਪਤਾ ਤਾਂ ਹੈ ਉਹਦੇ ਸੁਭਾਅ ਦਾ ਐਂ ਆ ਉਹ ਉਖੜੀ ਕੁਹਾੜੀ ਵਾਂਗੂ ਪੈਂਦੀ ਆ ਜਦੋਂ ਪੈਂਦੀ ਆ ਉਹ ਫਿਰ ਪੈਂਦੀ ਆ ਮਾਮਾ ਹੁਣ ਹੱਥ ਨੇ ਬੋਤਲ ਦਾ ਰੋੜ ਦਿੰਦਾ ਤੂੰ ਬੰਦੇ ਦੇ ਨਾ ਫਿਰ ਅੱਜ ਘਰ ਦੀ ਪੀਣੀ ਹੈ ਕਿ ਅੰਗਰੇਜ਼ੀ ਪੀਣੀ ਹੈ ਉਹ ਭਾਣ ਜਿਆ ਉਹ ਦੇਸੀ ਤਾਂ ਹੁਣ ਰੋਜ਼ ਹੀ ਪੀਨੇ ਰਹਿੰਦੇ ਆ ਲੈ ਹੁਣ ਭਾਣ ਜਿਆਂ ਕੋਲੇ ਆਇਆ ਭਾਣ ਜਿਆ ਤਾਂ ਕੋਈ ਅੰਗਰੇਜ਼ੀ ਗੁਰੂਜੀ ਪਿਆਓ ਮੈਨੂੰ ਚਲ ਮਾਮਾ ਫਿਰ ਲੇਟ ਹੋ ਗਿਆ ਸਿਸਟਮ ਏਟੀਐਮ ਨਾ ਬੰਦ ਹੋ ਜਾਣਾ ਮੈਂ ਪੈਸੇ ਕਢਾ ਕੇ ਇੰਗਲਿਸ਼ ਦੀ ਲਿਆਉਂ ਬੋਤਲ ਅੱਜ ਹਾਂ ਲੈ ਆਈ ਫਿਰ ਜੇ ਰੰਬ ਪੀਣੀ ਆ ਤਾਂ ਦੇਖ ਲੈ ਉਹ ਹੁਣ ਤਾਂ ਰੰਗ ਗਿਆ ਸਿਆਲ ਹੁਣ ਤਾਂ ਲੱਗਦਾ ਹੁਣ ਤਾਂ ਦੁੱਧ ਜੂਜੀ ਮੈਨੂੰ ਪਤਾ ਤੂੰ ਮੁਰਗਾ ਤਾਂ ਖਾਂਦਾ ਨਹੀਂ ਬੱਕਰੇ ਦਾ ਸ਼ਕੀਨ ਆ ਬਣਿਆ ਬਣਾਈ ਲਿਆ ਹੁਣ ਘਰੇ ਕਿੱਧਰ ਬੰਦਾ ਨਹੀਂ ਬੱਕਰਾ ਨਹੀਂ ਬੱਕਰਾ ਉਹ ਕਿੱਥੋਂ ਆ ਜੂਗਾ ਬਣਾ ਬਣਾ 4 ਘੰਟੇ ਲੱਗਣਗੇ ਬੱਕਰੇ ਦੇ ਤਾਂ ਹਨਾ ਤੇ ਘਰੀ ਬਣਾ ਲਾਂਗੇ ਘਰੀ ਬਣਾਉਣਾ ਕੋਈ ਯਾਰ ਜਿਹੜੇ ਸਾਡਾ ਮਾਮਾ ਜੀ ਖਰਾਕ ਆ ਬਾਹਰੋਂ ਕਿਵੇਂ ਪੂਰਾ ਕਰ ਦੇਗਾ ਉਹੀ ਤਾਂ ਕਹਿੰਦਾ ਨਾਲ ਮਹਿੰਗਾ ਪੈ ਜੂਗਾ ਚੱਲ ਮੈਂ ਜਾਣਾ ਮਾਮਾ ਚੱਲ ਤੂੰ ਲਿਆ ਫਿਰ ਕਰ ਸਮਾਨ ਲੈ ਤੇਰੇ ਉਹ ਬੱਤਾ ਲੈ ਕਿਹੜਾ ਮਾਮਾ ਕਾਲਾ ਜਾ ਹਾਂ ਕੋਕ ਕੋਲਾ ਲੈ ਜੀ ਚੰਗਾ ਲਿਆ ਸੁਣਾ ਮਾਮਾ ਲੈ ਆਈ ਹੁਣ ਸਾਰਾ ਕੁਝ ਭੁੱਲਣਾ ਹੀ ਕੁਝ ਘਰੇ ਕਰਦਾ ਮੈਂ ਸਮਾਨ ਤਿਆਰ ਜਿਹੜਾ ਵੀ ਚਾਹੀਦਾਗਾ ਹੈ ਹਾਂ ਚੱਲ ਠੀਕ ਹੈ ਫਿਰ ਕਿਵੇਂ ਤੂੰ ਪਰੇਸ਼ਾਨ ਜਿਹਾ ਲੱਗਦਾ ਮੈਨੂੰ ਪਰੇਸ਼ਾਨ ਤਾਂ ਕਾਹਤੋਂ ਆ ਉਹੀ ਬਸ ਕਿਤੇ ਮਾਮੇ ਦਾ ਦੁੱਖ ਤਾਂ ਨਹੀਂ ਮਨਾ ਲਿਆ ਨਹੀਂ 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 ਦੁੱਖ ਵਾਲੀ ਤਾਂ ਕੋਈ ਗੱਲ ਨਹੀਂ ਬਥੇਰਾ ਚਾਗਾ ਕੋਈ ਨਹੀਂ ਬਾਕੀ ਬਹਿ ਕੇ ਕਰਦੇ ਆ ਆਪਣੇ ਹਾਂ ਆਪਣੇ ਕਰਾਂਗੇ ਗੱਲ ਬਸ ਕੋਈ ਗੱਲ ਨਹੀਂ ਬਾਕੀ ਮੈਂ ਭੇਜਦਾ ਮਹਿੰਦਰ ਨੂੰ ਜਿਵੇਂ ਲੋੜ ਹੋਈ ਤਾਂ ਸੁਣਾ ਦੱਸ ਸਰਾਣਾ ਸੱਚ ਫੜਾ ਜਾਓ ਕਿਤੋਂ ਮੈਨੂੰ ਕੋਈ ਜਣਾ ਸਰਾਣਾ ਚਾਹੀਦਾ ਹਾਂ 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 ਉਹ ਮਨਿੰਦਰ ਸਰਾਣਾ ਲੈ ਕੇ ਜਾ ਮਾਮੇ ਕੋਲੇ ਲੈ ਬਈ ਹੁਣ ਇੱਥੇ 10 ਦਿਨ ਲਾਵਾਂ ਲਿਆ ਭਾਈ ਲਿਆ ਭਾਈ ਲਿਆ ਇਹ ਹੁਣ ਇੱਥੇ ਪਵਾਂਗੇ ਕਰਾਂਗੇ ਰਾਹ ਹਨਾ ਇੱਕ ਮਿੰਟ ਭਾਈ ਤੇਰੇ ਨਾਲ ਨਾ ਮੈਂ ਗੱਲ ਕਰਨੀ ਹੈ ਕੋਈ ਹਾਂਜੀ ਮੰਮੀ ਹਾਂ ਕੀ ਗੱਲ ਹੋ ਗਈ ਏ ਗੱਲ ਤਾਂ ਕੀ ਹੋਣੀ ਆ ਥੋੜਾ ਜਿਹਾ ਬਸ ਲੱਤ ਦਾ ਹੀ ਤੈਨੂੰ ਪਤਾ ਹੋਏਗਾ ਮੈਂ ਤਾਂ ਭਾਈ ਤੇਰੇ ਨਾਲ ਐਂ ਗੱਲ ਕਰਦਾ ਸੀਗਾ ਵੀ ਵੇਖੀ ਨਾ ਚੱਲ ਜਵਾਕਾਂ ਨੇ ਤਾਂ ਚਾਹ ਪਾਣੀ ਮੈਨੂੰ ਪਿਆਤਾ ਪਰ ਤੈਨੂੰ ਤਾਂ ਮੈਂ ਵਧਾਈਆਂ ਦੇਣੀਆਂ ਸੀ ਤੇ ਨਾਲੇ ਫਿਰ ਐਂ ਸੀਗਾ ਵੀ ਤੂੰ ਤਾਂ ਮੇਰਾ ਮਾੜਾ ਮੋਟਾ ਮੂੰਹ ਮਿੱਠਾ ਕਰਾਉਂਦੀ ਕਿਹੜੀ ਗੱਲ ਮਾਮਾ ਲੈ ਹੁਣ ਇੰਨੀ ਭੋਲੀ ਤੇ ਅਣਜਾਣ ਨਾ ਬਣ ਭਾਈ ਤੂੰ ਨਹੀਂ ਮਾਮਾ ਮੈਨੂੰ ਤਾਂ ਪਤਾ ਨਹੀਂ ਕਿਸੇ ਗੱਲ ਦਾ ਫਿਰ ਵੀ ਤੁਸੀਂ ਦੱਸੋ ਤਾਂ ਸਹੀ ਲੈ ਅੱਗੇ ਤੁਸੀਂ ਦੱਸੋ ਹੁਣ ਜੇ ਸਾਰੀ ਗੱਲ ਮੈਂ ਹੀ ਦੱਸੂਗਾ ਫਿਰ ਤੈਨੂੰ ਕੀ ਪਤਾ ਹੋਣਾ ਹੈ ਤੈਨੂੰ ਵੈਸੇ ਸਾਰਾ ਕੁਝ ਪਤਾ ਹੈ ਇਸ ਗੱਲ ਦਾ ਨਾ ਮਾਮਾ ਜੇ ਪਤਾ ਹੁੰਦਾ ਲੈ ਪਹਿਲਾਂ ਤੁਹਾਡਾ ਮੂੰਹ ਮਿੱਠਾ ਕਰਾਉਂਦੇ ਜ਼ਰੂਰ ਅੱਛਾ ਤੇ ਹੁਣ ਤੈਨੂੰ ਪਤਾ ਨਹੀਂ ਨਾ ਮਾਮਾ ਦੇਖ ਲਾ ਭਾਈ ਮੈਨੂੰ ਤਾਂ ਇਸ ਗੱਲ ਦਾ ਪਤਾ ਲੱਗ ਗਿਆ ਵੀ ਬਾਹਰਲਾ ਘਰ ਤੁਸੀਂ ਜਸਮੀਤ ਦੇ ਨਾਲ ਲਵਾਤਾ ਮੈਂ ਹਜੇ ਤਾਂ ਕਿਸੇ ਕੋਲ ਗੱਲ ਕੀਤੀ ਨਹੀਂ ਤੈਨੂੰ ਪਤਾ ਜੇ ਇਹ ਗੱਲ ਭੈਣ ਨੂੰ ਪਤਾ ਲੱਗ ਗਈ ਤਾਂ ਫਿਰ ਤੇਰਾ ਹਾਲ ਨਾ ਨਾ ਮੇਰੇ ਕੋਲੋਂ ਗੱਲ ਕਿਤੇ ਨਹੀਂ ਜਾਂਦੀ ਜਮਾਂ ਤੂੰ ਬੇਫਿਕਰ ਰਹਿ ਮੈਂ ਤਾਂ ਇਹੋ ਜਿਹਾ ਬੰਦਾ ਮੈਨੂੰ ਤਾਂ ਜਿਵੇਂ ਤੁਸੀਂ ਗੱਲ ਕਰਤੀ ਨਾ ਤੇ ਖੂਹ 'ਚ ਇੱਟ ਸਿੱਟਤੀ
ਜਿਵੇਂ ਖੂਹ ਚੋਂ ਕੋਈ ਇੱਟ ਨਹੀਂ ਬਾਹਰ ਕੱਢ ਸਕਦਾ ਤੇ ਮਾਮੇ ਦੀ ਜਵਾਨ ਚੋਂ ਗੱਲ ਨਹੀਂ ਬਾਹਰ ਨਿਕਲ ਸਕਦੀ। ਪਰ ਇੱਕ ਸ਼ਰਤ ਹੈ। ਕੀ ਮਾਮਾ? ਸ਼ਰਤ ਇਹ ਹੈ ਵੀ ਹੁਣ ਜਿਵੇਂ ਕਹਿ ਲਓ ਵੀ ਭਾਈ ਮੇਰੇ ਮੂੰਹ ਦੇ ਵਿੱਚ ਤੁਹਾਨੂੰ ਮੌਂਦਾ ਲਾਉਣਾ ਪਊ, ਪਰ ਮਿਠਾਈ ਤਾਂ ਖਵਾਉਣੀ ਪਊਗੀ। ਕੋਈ ਗੱਲ ਨਹੀਂ ਮਾਮਾ, ਮਿਠਾਈ ਦੀ ਕਿਹੜੀ ਗੱਲ, ਮਿਠਾਈ ਤਾਂ ਖਵਾ ਦਾਂਗੇ ਤੁਹਾਨੂੰ। ਪਰ ਪਲੀਜ਼ ਮਾਮਾ, ਮੰਮੀ ਕੋਲ ਨਾ ਗੱਲ ਕਰੀਏ, ਇਹ ਸੱਚੀ ਘਰੇ ਬਾਹਲਾ ਵੱਡਾ ਕਲੇਸ਼ ਪੈ ਜੂਗਾ। ਨਾ ਨਾ, ਮੈਂ ਗੱਲ ਕਾਸ ਨੂੰ ਕਰਨੀ ਆ? ਮੈਂ ਤਾਂ ਊਂ ਹੀ ਨਹੀਂ ਗੱਲ ਕਰਦਾ। ਆ ਨਾਲੇ ਜੇ ਮਠਿਆਈ ਦੀ ਗੱਲ ਕਰੀਏ ਨਾ, ਇਹ ਤਾਂ ਮੈਨੂੰ ਐਂ ਲੱਗਦਾ ਭਾਈ ਤੂੰ ਮੇਰੀ ਗੱਲ ਨਾ ਸਮਝੀ ਨਹੀਂ, ਜਿਹੜੀ ਗੱਲ ਮੈਂ ਤੈਨੂੰ ਕਹਿਣਾ ਚਾਹੁੰਦਾ। ਕੀ ਗੱਲ ਕਹਿਣਾ ਚਾਹੁੰਦੇ ਮੰਮੀ, ਸੱਚੀ ਮੈਨੂੰ ਸਮਝ ਆਈ। ਦੇਖ ਇੰਨੀ ਭੋਲੀ ਤਾਂ ਤੂੰ ਹੈ ਨਹੀਂ ਜਿੰਨੀ ਤੂੰ ਬਣੀ ਜਾਂਦੀ ਹੈ। ਦੇਖ 25 ਲੱਖ ਰੁਪਏ ਦਾ ਤੇਰਾ ਉਹ ਮਕਾਨ ਹੈ, ਤੇ 25 ਲੱਖ ਰੁਪਏ ਦੇ ਵਿੱਚੋਂ ਜੇ ਮਾੜਾ ਮੋਟਾ ਕੁਛ ਮੇਰਾ ਮੂੰਹ ਬੰਦ ਕਰਨ ਲਈ ਮੂੰਹ ਦੇ ਵਿੱਚ ਧੱਕਣਾ ਪਿਆ ਤਾਂ 2-2.5 ਲੱਖ ਰੁਪਇਆ ਤਾਂ ਮੇਰਾ ਵੀ ਬਣਦਾ ਹੀ ਹੈ। ਹੋਰ ਨਹੀਂ ਕੁਛ, ਤੈਨੂੰ ਤਾਂ ਪਤਾ ਮੇਰੀ ਦਵਾਈ ਬੂਟੀ ਚੱਲਦੀ ਹੈ, ਨਾਲੇ ਤੈਨੂੰ ਪਤਾ ਲੱਤ ਟੁੱਟ ਕੇ ਹਟੀ ਆ, ਹੁਣ ਹੌਲੀ ਹੌਲੀ ਤੁਰਨ ਲੱਗਿਆਗਾ ਹੈ ਨਾ। ਮੇਰੀ ਗੱਲ ਦਾ ਗੁੱਸਾ ਨਾ ਕਰੀ, ਇੰਨਾ ਕੁ ਤਾਂ ਤੈਨੂੰ ਕਰਨਾ ਹੀ ਪਊਗਾ। ਮਾਮਾ ਜੀ 2.5 ਲੱਖ ਰੁਪਇਆ ਮੈਂ ਤੁਹਾਨੂੰ ਕਿੱਥੋਂ ਕਰਕੇ ਦੇ ਦੂੰਗੀ? ਇਸ ਗੱਲ ਦਾ ਹੁਣ ਮੈਨੂੰ ਨਹੀਂ ਪਤਾ, ਇਹ ਤਾਂ ਹੁਣ ਭਾਈ ਤੂੰ ਜਾਣ ਜਾਂ ਤੇਰਾ ਕੰਮ ਜਾਣੇ। ਮੈਂ ਤਾਂ ਜਿਹੜੀ ਗੱਲ ਕਹਿਣੀ ਸੀ ਕਹਿਤੀ। ਦੇਖ ਹਜੇ ਤਾਂ ਇਹ ਗੱਲ ਮੇਰੇ ਦਿਲ 'ਚ ਹੀ ਹੈ, ਅਤੇ ਜੇ ਇਹ ਗੱਲ ਭੈਣ ਦੇ ਕੰਨਾਂ ਤੱਕ ਪਹੁੰਚ ਗਈ ਨਾ ਤਾਂ ਉਹਨੇ ਤੇਰੀ ਗੁੱਤ ਪੱਟ ਦੇਣੀ ਹੈ। ਮਾਮਾ ਜੀ ਮੈਂ ਨਾ ਕੁਲਦੀਪ ਨਾਲ ਗੱਲ ਕਰਕੇ ਫਿਰ ਤੁਹਾਨੂੰ ਦੱਸਦੀ ਹਾਂ। ਨਾ ਬਿਲਕੁਲ ਨਹੀਂ, ਜੇ ਤੂੰ ਕੁਲਦੀਪ ਦੇ ਨਾਲ ਗੱਲ ਕੀਤੀ ਨਾ ਤਾਂ ਹਿਸਾਬ ਲਾ ਲਈ, ਮੈਂ ਸਾਰੇ ਘਰ ਦੇ ਵਿੱਚ ਪਿਛਲੀ ਵਾਰ ਦੀ ਤਰ੍ਹਾਂ ਰਾਂਦ ਪਾ ਦੇਣੀ ਹੈ। ਨਾਲੇ ਤੈਨੂੰ ਪਤਾ ਪਿਛਲੀ ਵਾਰ ਤੇਰੇ ਨਾਲ ਕੀ ਹੋਇਆ ਸੀ, ਠੀਕ ਹੈ ਨਾ? ਇਹ ਗੱਲ ਤੇਰੇ ਅਤੇ ਮੇਰੇ ਵਿਚਕਾਰ ਰਹਿਣੀ ਚਾਹੀਦੀ ਹੈ। ਮਾਮਾ ਜੀ ਤੁਸੀਂ ਇਹੋ ਜਿਹੀ ਗੱਲਾਂ ਕਿਉਂ ਕਰਦੇ ਹੋ? ਨਾ 2.5 ਲੱਖ ਨਾਲ ਤੁਹਾਡਾ ਕੀ ਬਣ ਜੂਗਾ? ਹਾਂ ਮੇਰਾ ਕੀ ਬਣਨਾ, ਹੁਣ ਬੁਢਾਪਾ ਆਉਣ ਵਾਲਾ ਹੈ ਨਾ, ਨਾਲੇ ਤੈਨੂੰ ਪਤਾ ਆ ਥੋੜ੍ਹਾ ਟਾਈਮ ਪਹਿਲਾਂ ਮੇਰੀ ਲੱਤ ਟੁੱਟ ਗਈ ਸੀ। ਚੱਲ ਹੁਣ ਮੈਂ ਇੱਥੋਂ ਕੰਮ ਤਾਂ ਹੁੰਦਾ ਨਹੀਂ, ਮੈਂ ਕਿਹਾ ਚੱਲ ਆ ਮੇਰੀ ਭਾਣਜ ਨੂੰ ਹੈ ਸਿਆਣੀ ਹੈ ਹੈ ਅਤੇ ਇਹ ਤਾਂ ਪਰਦਾ ਮੇਰਾ ਕੱਜੂ ਵੀ, ਬਾਕੀ ਹੁਣ ਤੂੰ ਭਾਈ ਦੇਖ ਲਾ, ਠੀਕ ਹੈ ਨਾ? ਮੈਨੂੰ 2.5 ਲੱਖ ਨਾਲ ਕੋਈ ਫਰਕ ਨਹੀਂ ਪੈਣਾ ਤਾਂ ਤੈਨੂੰ ਵੀ 2.5 ਲੱਖ ਦੇਣ ਲੱਗੇ ਕੋਈ ਫਰਕ ਨਹੀਂ ਪੈਣਾ। ਦੇਖ ਤੇਰੇ ਪੇਕਿਆਂ ਦੀ ਜ਼ਮੀਨ ਤੇਰੇ ਹਿੱਸੇ ਹੈ, ਹਿੱਸਾ ਠੇਕਾ ਤੇਰੇ ਕੋਲ ਆਉਂਦਾ, ਇਸ ਗੱਲ ਦਾ ਮੈਨੂੰ ਚੰਗੀ ਤਰ੍ਹਾਂ ਪਤਾ, ਅਤੇ ਇਹ ਗੱਲ ਦਾ ਤਾਂ ਤੇਰੀ ਸੱਸ ਨੂੰ ਵੀ ਪਤਾ। ਪਰ ਜਿਹੜੀ ਮੇਨ ਗੱਲ ਹੈ ਨਾ ਉਹ ਹੈ ਮਕਾਨ ਦੀ, ਹੁਣ ਤੂੰ ਸੋਚ ਲੈ। ਪਰ ਤੂੰ ਫਿਕਰ ਨਾ ਕਰ, ਮੈਂ ਹਜੇ 5-7 ਦਿਨ ਇੱਥੇ ਹੀ ਹਾਂ, ਠੀਕ ਹੈ ਨਾ? ਜਦੋਂ ਤੇਰੇ ਕੋਲ 2.5-3 ਲੱਖ ਦਾ ਇੰਤਜ਼ਾਮ ਹੋ ਗਿਆ ਤੂੰ ਮੈਨੂੰ ਦੱਸ ਦੀ। ਫਿਰ ਮਾਮਾ ਜੀ ਇੱਕ ਵਾਰੀ ਕੁਲਦੀਪ ਨਾਲ ਤਾਂ ਗੱਲ ਕਰਨੀ ਪਊਗੀ, ਕਿਉਂਕਿ ਪੈਸਾ ਧੇਲਾ ਤਾਂ ਉਹਦੇ ਕੋਲ ਹੀ ਹੁੰਦਾ, ਮੇਰੇ ਕੋਲ 2.5 ਲੱਖ ਕਿੱਥੇ ਪਿਆ? ਫਿਰ ਤੂੰ ਉਹੀ ਗੱਲ ਕਰਦੀ ਨਾ ਕਮਲੇ ਵਾਲੀ, ਨਾ ਜੇ ਕੁਲਦੀਪ ਨੂੰ ਪਤਾ ਲੱਗ ਗਈ ਸਾਰੀ ਗੱਲ ਤਾਂ ਕਹਾਣੀ ਵਿਗੜ ਜਾਣੀ ਆ। ਫਿਰ ਨਾ ਮੈਨੂੰ ਕਹੀਂ, ਮੈਂ ਮੁੱਕਰ ਜਾਣਾ ਸਭ ਦੇ ਸਾਹਮਣੇ ਵੀ ਐਂ ਕਰਕੇ ਭਾਈ ਮੈਂ ਪੈਸੇ ਮੰਗੇ ਸੀ ਜਾਂ ਕੋਈ ਗੱਲ ਸੀ। ਚੱਲ ਕੋਈ ਨਾ ਮੰਮਾ ਜੀ ਮੈਂ ਕਰਦੀ ਹਾਂ ਕੋਈ ਹੱਲ, ਇਹ ਗੱਲ ਆਪਣੇ ਦੋਨਾਂ ਦੇ ਵਿੱਚ ਰਹਿਣੀ ਚਾਹੀਦੀ ਹੈ। ਠੀਕ ਹੈ ਮੰਮਾ ਜੀ। ਹਾਂ ਨਾਲੇ ਮੇਰੀ ਗੱਲ ਸੁਣੋ ਭਾਈ, ਜਵਾਕ ਬੱਕਰਾ ਬੱਕਰਾ ਲਈ ਆਉਂਦੇ ਆ, ਥੋੜ੍ਹਾ ਜਿਹਾ ਵਧੀਆ ਪਕਾਈ, ਕੋਈ ਨਾ ਤੇ ਥੋੜ੍ਹਾ ਖੁਸ਼ ਰਹੀ ਨਾਲੇ। ਠੀਕ ਹੈ ਮੰਮਾ। ਠੀਕ ਹੈ ਮਾਮਾ ਤਾਂ ਹੁਣ ਠੀਕ ਹੈ, ਮਾਮਾ ਜਦੋਂ ਇੱਕ ਵਾਰੀ ਆ ਗਿਆ ਫਿਰ ਤਾਂ ਮਾਮਾ 6 ਮਹੀਨੇ ਦੀ ਦਿਹਾੜੀ ਲਾ ਕੇ ਜਾਊਗਾ। ਮੈਂ ਤਾਂ ਉਹ ਦਿਨ ਜੰਮਿਆ ਹੀ ਨਹੀਂ ਜਦੋਂ ਮੈਂ ਖਾਲੀ ਹੱਥ ਮੁੜ ਜਾ, ਪਿਛਲੀ ਵਾਰੀ ਜਦੋਂ ਆਇਆ ਸੀ ਨਾ ਇਹਦੇ ਕਾਂਟੇ ਚੱਕ ਕੇ ਵੇਚ ਕੇ
ਡੇਢ ਲੱਖ ਰੁਪਇਆ ਕਮਾ ਲਿਆ ਸੀ। ਆ ਹੁਣ ਤਾਂ ਡਬਲ ਬਣਦਾ ਹੀ ਹੈ। ਚੱਲ ਕੋਈ ਗੱਲ ਨਹੀਂ, ਬਾਕੀ ਗੱਲ ਫਿਰ ਕਰਦੇ ਹਾਂ, ਹੁਣ ਆਰਾਮ ਕਰਦੇ ਹਾਂ। ਇਸ ਤੋਂ ਪਹਿਲਾਂ ਆਥਣੇ ਜਵਾਕ ਆਉਣ ਕੁਛ ਖਾਣ ਪੀਣ ਨੂੰ, ਉਹਨਾਂ ਟਾਈਮ ਆਰਾਮ ਕਰ ਲਈਏ। ਜਿਹੜੇ ਸਮੋਸੇ ਖਾਧੇ ਉਹ ਹਜ਼ਮ ਹੋ ਜਾਣਗੇ। ਚਲੋ ਡਿਊਟੀ ਜੀ ਵੀ ਨਹੀਂ ਪਾਈ ਹਜੇ, ਕੱਲ੍ਹ ਦਾ ਬਣਾ ਲੈਂਦੇ ਕੋਈ ਪ੍ਰੋਗਰਾਮ। ਹੈਲੋ ਜੀ, ਬਾਹਲਾ ਟਾਈਮ ਲਾਤਾ ਮਨਿੰਦਰਾ। ਨਹੀਂ ਬਾਹਲਾ ਟਾਈਮ ਤਾਂ ਲੱਗੇ, ਤੁਹਾਨੂੰ ਉਹੀ ਲੱਗਦਾ। ਚੱਲ ਠਰ ਜਾਣ ਦੇ ਇਹਨੂੰ ਤਾਂ, ਅਤੇ ਤੂੰ ਹਾਂ ਇਵੇਂ ਜਿਹਾ ਕੀਤਾ। ਨਹੀਂ ਨਹੀਂ ਤੁਹਾਨੂੰ ਉਹੀ ਲੱਗਦਾ। ਉਈ ਤਾਂ ਕਿਉਂ ਲੱਗਦਾ, ਮੇਰੇ ਘਰਾਣੀ। ਅੱਛਾ ਮੈਨੂੰ ਨਾ ਪਤਾ ਹੋਊਗਾ ਖੁਸ਼ ਆ ਕਿ ਦੁਖੀ ਆ ਤੂੰ। ਨਾ ਦੁਖੀ ਤਾਂ ਕਾਹਤੋਂ ਹੋਣਾ, ਕਿਤੇ ਮਾਮੇ ਨੇ ਤਾਂ ਨਹੀਂ ਕਹਿਤਾ ਕੁਛ ਪਹਿਲਾਂ ਵਾਂਗੂ। ਨਾ ਨਾ ਮਾਮੇ ਨੇ ਤਾਂ ਕੀ ਕਹਿਣਾ, ਉਹ ਤੋਂ ਬਚ ਕੀ ਰਹੀ ਮਾੜਾ ਜਿਹਾ, ਉਹਨੂੰ ਬੜਾ ਮੂੰਹ ਨਾ ਲਾਈਆਂ, ਮੁੜ ਕੇ ਕਲੇਸ਼ ਪਵਾ ਜੂ ਜਿਵੇਂ ਪਹਿਲਾਂ ਛਿੱਤਰੋ ਛਿੱਤਰੀ ਕਰਾਏ ਸੀ। ਨਾ ਮੈਂ ਤਾਂ ਬੁਲਾਇਆ ਹੀ ਨਹੀਂ, ਅਤੇ ਹੋਰ ਬਸ ਮਤਲਬ ਤੱਕ ਰੋਟੀ ਪਾਣੀ ਫੜਾਇਆ ਉਹਦਾ, ਅਤੇ ਪਾਸੇ ਪਾਸੇ ਹੋ ਗਏ। ਅੱਧੀ ਗੱਲ ਤਾਂ ਕੋਲੋਂ ਬਣਾਉਣ ਦਾ, ਬੁੜੀਆਂ ਤੋਂ ਟੱਪਿਆ ਪਿਆ। ਅਤੇ ਹੋਰ ਪਿਛਲੇ ਐਂ ਲੜਾਈ ਪਵਾ ਗਿਆ ਸੀਗਾ ਆਪਣੀ ਬਿਨਾਂ ਗੱਲੋਂ ਹੀ। ਹਾਂ ਕੋਈ ਗੱਲ ਸੀਗੀ ਲੈ, ਉਹ ਤੁਸੀਂ ਵੀ ਉਹਦੀ ਯਕੀਨ ਕਰ ਲਿਆ। ਯਾਰ ਯਕੀਨ ਤਾਂ ਕਰਨਾ ਪੈਂਦਾ ਨਾ ਵੱਡਿਆਂ 'ਤੇ, ਹੁਣ ਕਈ ਵਾਰੀ ਗੱਲਬਾਤ ਹੋ ਜਾਂਦੀ ਆ। ਹੁਣ ਮੈਨੂੰ ਕੀ ਪਤਾ ਸੀ ਉਹ ਇਹੋ ਜਿਹਾ, ਹੁਣ ਮੈਨੂੰ ਅਕਲ ਆ ਗਈ, ਹੁਣ ਮੈਂ ਉਹਦੇ ਯਕੀਨ ਕਰਦਾ ਨਹੀਂ। ਹੁਣ ਉੱਤੋਂ ਰਹਿ ਕੇ ਵੀ 10 ਦਿਨ ਜਾਊਗਾ ਹਜੇ। ਲੈ ਦੇਖ ਲਾ ਤੂੰ 10 ਦਿਨ ਕੀ ਕਰਾਉਣਾ ਰੋਟੀਆਂ ਭੰਨ ਤੋਂ। ਉਹੀ ਤਾਂ ਗੱਲ ਬੇਬੇ, ਉਹੀ ਬਸ ਨਾ ਬੇਬੇ ਦਾ ਵੀ ਸਰੇ ਪਿਆ ਵੀ ਆਪਦੇ ਕੰਮ ਤਾਂ ਲੋਟ ਨਹੀਂ ਆਉਂਦੇ ਹੈਗੇ, ਮਾਮੇ ਨੂੰ ਸੱਦ ਲਿਆ ਵੀ ਚੱਲ ਇੱਕ ਦੋ ਦਿਨ ਲਾ ਜੇ ਤਾਂ ਕੋਈ ਗੱਲ ਨਹੀਂ, ਚੱਲ ਜੇ ਨਾ ਨਾ ਵੀ ਕਲੇਸ਼ ਪਾਵੇ ਤਾਂ ਵੀ ਕੋਈ ਗੱਲ ਨਹੀਂ, ਪਰ ਵਹਿਤਾਂ ਵਾਲੀਆਂ ਕਰਦਾ ਮਾਮਾ। ਵਹਿਤਾਂ ਨਾ ਬੁੜੀਆਂ ਤੋਂ ਵੱਧ ਕਰਦਾ, ਦੱਸੀ ਤਾਂ ਜਾਣਾ ਤੈਨੂੰ ਮੈਂ। ਉਹੀ ਗੱਲ, ਐਂ ਨਹੀਂ ਪਤਾ ਹੁਣ ਕੀ ਚ ਲੜਾਈ ਪਵਾ ਕੇ ਜਾਊਗਾ। ਮੈਂ ਤਾਂ ਲਾਡੀ ਨੂੰ ਸਮਝਾਉਂਗਾ ਵੀ ਤੂੰ ਮਾੜਾ ਜਿਹਾ ਬਚਤ ਰਹੀ, ਆਪਾਂ ਨੂੰ ਤਾਂ ਹੁਣ ਪਤਾ ਲੱਗ ਗਿਆ। ਮੈਂ ਤਾਂ ਆਪ ਹੀ ਕਹਿੰਦੀ ਹਾਂ ਵੀ ਲਾਡੀ ਨੂੰ ਸਮਝਾ ਦਿਓ ਕਿ ਹਰਪ੍ਰੀਤ ਨਾਲ ਲੜਵਾ ਜੇ ਉਹਨੂੰ। ਅਤੇ ਹੋਰ ਬਾਕੀ ਉਹਦੇ ਤਾਂ ਪੈਣ ਛਿੱਤਰ, ਮੈਂ ਲੱਗਣਾ ਹਰਪ੍ਰੀਤ ਥੋੜ੍ਹੀ ਜਿਹੀ ਵੱਧ ਜੰਬਲੀ ਪਈ ਆ। ਨਾ ਨਾ ਕੋਈ ਨਾ, ਜਵਾਕੜੀ ਆ ਉਹਨੂੰ, ਹਜੇ ਨਿਆਣੀ ਆ, ਹਜੇ ਅਕਲ ਨਹੀਂ ਹੈਗੀ, ਜਦੋਂ ਕਬੀਲਦਾਰੀ ਪੈ ਗਈ ਨਾ ਚੱਜ ਨਾਲ ਫਿਰ ਅਕਲ ਆ ਜੂਗੀ। ਉਹ ਨਿਆਣੀ ਥੋੜ੍ਹੀ ਆ, ਉਹ ਕੁੜੀਆਂ ਵੀ ਥੋੜ੍ਹੀ ਨਿਆਣੀਆਂ ਹੁੰਦੀਆਂ ਹੈਗੀਆਂ, ਉੱਤੋਂ ਦੀ ਆ ਉਹ ਤੇਰੇ, ਤੈਨੂੰ ਹੀ ਲਾ ਤੂੰ ਭੋਲੀ ਆ। ਚਲੋ ਕੋਈ ਨਾ, ਮੈਂ ਵੀ ਉਹਨੂੰ ਸਮਝਾਇਆ ਸੀ, ਕੀਤੀ ਸੀ ਗੱਲ ਹਰਪ੍ਰੀਤ ਨਾਲ, ਮੈਂ ਕਿਹਾ ਕੀ ਗੱਲ ਹੋ ਗਈ ਵੀ ਤੂੰ ਐਂ ਕਰਨ ਲੱਗੀ, ਅੱਗੇ ਜਸਮੀਤ ਦਾ ਵੀ ਇੰਨਾ ਕਰਦੀ ਸੀ ਹੈ ਨਾ, ਮੇਰਾ ਵੀ ਕਿੰਨਾ ਕਰਦੀ ਸੀਗੀ। ਕਹਿੰਦੀ ਨਹੀਂ ਨਹੀਂ ਕੋਈ ਗੱਲ ਨਹੀਂ ਹੋਈ, ਮੈਂ ਕਿਹਾ ਜੇ ਤੈਨੂੰ ਕੋਈ ਗੁੱਸਾ ਤਾਂ ਮੈਨੂੰ ਦੱਸ ਦੇ, ਚੱਲ ਮੈਂ ਸੌਰੀ ਕਹਿ ਦੂੰਗੀ ਹੈ ਨਾ, ਚੱਲ ਮੈਨੂੰ ਪਤਾ ਲੱਗ ਜੂਗਾ ਮੈਂ ਉਹੋ ਜਿਹੀ ਗੱਲ ਨਾ ਕਰੂੰਗੀ ਅਗਲੀ ਨਾਲ। ਹਾਂ ਇੰਨੇ ਨਾਲ ਹੀ ਹੁੰਦਾ ਸਾਂਝੇ ਘਰ 'ਚ, ਜੇ ਆਪਾਂ ਮਾੜੀ ਮਾੜੀ ਗੱਲ 'ਤੇ ਫਰਕ ਪਈ ਜਾਵੇ ਫਿਰ ਤਾਂ ਹੋ ਹੀ ਪਿਆ ਬੇਲਾ ਪੂਰਾ ਮਨਿੰਦਰਾ। ਮੈਂ ਤਾਂ ਬਥੇਰਾ ਸਮਝਾਇਆ ਸੀ, ਆਖੇ ਲੱਗੀ ਨਾ ਮੈਨੂੰ ਕੁਛ ਦੱਸਿਆ, ਕਹਿੰਦੀ ਹਾਂ ਮੇਰੇ ਤੋਂ ਨਹੀਂ ਤੇਰੇ ਪਿੱਛੇ ਲੱਗ ਕੇ ਰਹੀਦਾ। ਕਹਿੰਦੀ ਲੈ ਉਹ ਮੈਨੂੰ ਤਾਂ ਐਂ ਲੱਗਦਾ ਜਿੱਦਾਂ ਆਪਾਂ ਘਰ ਜਾ ਲਿਆ ਉਦਿਨ ਦੀਆਂ ਨੂੰ ਉਂਗਲਾਂ ਲਾਤੀਆਂ ਕਿਸੇ ਨੇ, ਉਦਿਨ ਦੀ ਥੋੜ੍ਹੀ ਜਿਹੀ ਵਿਰੁੱਧ ਹੋਈ ਖੜੀ ਆਪਣੇ। ਉਂਗਲਾਂ ਕਿਹਨੇ ਲਾਉਣੀਆਂ, ਲਾਡੀ ਦਾ ਕੁਛ ਬੋਲਦੇ ਨੇ ਆਪਾਂ ਨੂੰ ਪਤਾ ਹੀ ਆ, ਉਹ ਤਾਂ ਕੁਛ ਨਹੀਂ ਕਹਿੰਦਾ ਤੁਹਾਡੇ ਖਿਲਾਫ, ਹੋਰ ਲੁੱਤੀਆਂ ਲਾਉਣ ਵਾਲਾ ਕੌਣ ਆ? ਜਦੋਂ ਪੇਕਿਆਂ ਤੋਂ ਫੋਨ ਆਉਂਦੇ ਆ ਨਾ, ਲੁੱਤੀਆਂ ਉਧਰੋਂ ਲੱਗਦੀਆਂ ਹੁੰਦੀਆਂ, ਹੋਰ ਨਹੀਂ ਕੋਈ। ਮਾਸੀ ਤਾਂ ਨਹੀਂ ਇਹੋ ਜਿਹੀ ਹੈਗੀ ਵਿਚਾਰੀ, ਉਹ ਤਾਂ ਆਪ ਮੇਰਾ ਇੰਨਾ ਕਰਦੇ ਆ, ਉਹ ਤਾਂ ਸਗੋਂ ਮੇਰੇ ਪਿੱਛੇ ਲੜਦੇ ਆ ਹਰਪ੍ਰੀਤ ਨੂੰ। ਓਏ ਉਹਨਾਂ ਦੀ ਗੱਲ ਨਹੀਂ ਕਰਦਾ ਮੈਂ, ਚਾਚੀਆਂ ਤਾਈਆਂ ਮਾਸੀਆਂ ਜਿਹੜੀਆਂ ਉਹ ਆ ਉਹਨਾਂ ਦੀ ਗੱਲ ਕਰਦਾ ਮੈਂ, ਵੀ ਬਸੀ ਕਿਉਂ ਬੈਠੀ ਇਹ ਕੁੜੀ ਉਹਨਾਂ ਦੀ। ਪਰ ਇਹ ਸੋਚਣਾ ਤਾਂ ਹਰਪ੍ਰੀਤ ਨੂੰ ਵੀ ਚਾਹੀਦਾ ਨਾ। ਉਹ ਯਾਰ ਇੰਨਾ ਨਹੀਂ ਸੋਚਦਾ ਅਗਲਾ, ਜਿਵੇਂ ਆਪਾਂ ਹੁਣ ਮਾਮੇ ਪਿੱਛੇ ਲੱਗ ਕੇ ਉਹ ਲੜ ਪਏ, ਉਹ ਉਹਨਾਂ ਪਿੱਛੇ ਲੱਗ ਕੇ ਆਪਣੇ ਲੜਨ ਨੂੰ ਬੈਠੀ, ਉਹ ਤਾਂ ਆਪਣੀ ਭਲੀ ਮਾਨਸੀ ਆ। ਚੱਲ ਇੱਕ ਦੋ ਵਾਰੀ ਹੋਰ ਗੱਲ ਕਰਕੇ ਦੇਖੂੰਗੀ, ਮੈਂ ਸਮਝਾਉਂਗੀ ਉਹਨੂੰ। ਹਾਂ ਸਮਝਾ ਕੇ ਦੇਖ ਲਈ ਬਾਕੀ। ਇੱਕ ਮੈਂ ਤੁਹਾਡੇ ਨਾਲ ਹੋਰ ਗੱਲ ਕਰਨੀ ਸੀ। ਹਾਂ ਹਾਂ ਦੱਸੋ। ਮਾਸੀ ਦੀ ਕੁੜੀ ਦਾ ਫੋਨ ਆਇਆ ਸੀਗਾ ਪ੍ਰੀਤ ਦਾ, ਅਤੇ ਉਹਨਾਂ ਨੂੰ ਨਾ ਪੈਸਿਆਂ ਦੀ ਲੋੜ ਆ 2.5 ਲੱਖ ਰੁਪਿਆਂ ਦੀ। ਉਹਨੇ ਮੈਨੂੰ ਫੋਨ ਕੀਤਾ ਸੀ, ਕਹਿੰਦੀ ਤੂੰ ਇੱਕ ਵਾਰੀ ਵੀਰੇ ਨਾਲ ਗੱਲ ਕਰਕੇ ਜੇ ਪੈਸੇ ਦਵਾ ਦੇ ਸਾਨੂੰ। ਹੈਂ 2.5 ਲੱਖ? ਇੰਨੇ ਤਾਂ ਨਹੀਂ ਹੋਣੇ ਯਾਰ, ਮੇਰੇ ਕੋਲ ਤਾਂ 1.25 ਲੱਖ ਰੁਪਇਆ ਗਾ, ਉਹ ਵੀ ਮੈਂ ਤੇਰੇ ਆਹ ਕੰਗਣਾ ਜਿਹਾ ਵਾਸਤੇ ਰੱਖਿਆ ਸੀਗਾ। ਕੜਿਆਂ ਨੂੰ ਤਾਂ ਕੀ ਆ, ਕੜੇ ਤਾਂ ਫਿਰ ਵੀ ਬਣ ਜਾਣਗੇ, ਉਹਨਾਂ ਨੂੰ ਬਾਹਲੀ ਲੋੜ ਆ ਪੈਸਿਆਂ ਦੀ, ਜੇ ਹੱਲ ਹੁੰਦਾ ਤਾਂ ਕਰ ਦਿਓ ਨਾ। ਉਹ ਹੱਲ ਤਾਂ ਹੋ ਜੂ ਫਿਰ ਯਾਰ, ਜਾਂ ਤਾਂ ਵੀ FD ਤੜਾਉਣੀ ਪਊਗੀ, ਅਤੇ ਜੇ FD ਨਹੀਂ ਤੜਾਉਣੀ ਉਹ ਮੈਂ ਗੁੰਨੇ ਖਾਤਰ ਰੱਖੀ ਸੀ, ਜਾਂ ਫਿਰ ਕਿਸੇ ਤੋਂ ਪੁੱਛ ਦੂੰਗਾ। ਹੁਣ ਹੋਰ ਕੀ, ਐਡੀ ਕੀ ਐਮਰਜੈਂਸੀ ਆ, ਬਾਕੀ ਉਹਨਾਂ ਨੂੰ ਬਿਮਾਰ ਸਮਾਰ ਤਾਂ ਨਹੀਂ ਕੋਈ? ਪਤਾ ਨਹੀਂ, ਐਂ ਤਾਂ ਮੈਨੂੰ ਦੱਸਿਆ ਨਹੀਂ, ਪਰ ਰੋਈ ਜਾਂਦੀ ਸੀ, ਕਹਿੰਦੀ ਚਾਹੀਦੇ ਆ ਮੈਨੂੰ ਪੈਸੇ, ਭੈਣ ਬਣ ਕੇ ਕਹਿੰਦੀ 2.5 ਲੱਖ ਦਾ ਇੰਤਜ਼ਾਮ ਕਰਦੇ, ਕਹਿੰਦੇ 4 ਮਹੀਨਿਆਂ ਨੂੰ ਮੋੜ ਦਾਂਗੇ। ਉਹ ਮਨਿੰਦਰ ਪੈਸੇ ਦੇ ਤਾਂ ਦੇਵਾਂਗੇ, ਚੱਲ ਕੋਈ ਨਹੀਂ, ਕੜੇ ਵੀ ਬਾਅਦ 'ਚ ਬਣਾ ਲਾਂਗੇ ਹੈ ਨਾ, ਪਰ ਜਦੋਂ ਆਪਾਂ ਇੱਕ ਵਾਰੀ ਰਿਸ਼ਤੇਦਾਰੀ 'ਚ ਪੈਸਾ ਦੇ ਦੇਈਏ ਨਾ, ਫਰਕ ਪੈ ਜਾਂਦਾ ਹੁੰਦਾ। ਨਾ ਨਾ, ਐਂ ਤਾਂ ਆਪਣੇ ਨਾਲ ਵਿਚਾਰੇ ਆ ਕੇ ਖੜਦੇ ਆ ਦੁੱਖ ਸੁੱਖ 'ਚ, ਹੈ ਨਾ। ਨਹੀਂ, ਐਂ ਤਾਂ ਮੈਨੂੰ ਉਹਨਾਂ ਦਾ ਪਤਾ, ਪੈਸੇ ਤਾਂ ਉਹ ਮੋੜ ਦੇਣਗੇ, ਰੱਖਦੇ ਨਹੀਂ ਹੈਗੇ ਪੈਸੇ। ਤੁਸੀਂ ਇੱਕ ਵਾਰੀ ਐਂ ਕਰੋ, ਕਿਸੇ ਹੋਰ ਤੋਂ ਪੁੱਛ ਕੇ ਵੇਖ ਲਓ FD ਕਿਉਂ ਤੜਾਉਣੀ। ਮਨਿੰਦਰ ਫਿਰ FD ਤਾਂ ਤੜਾਉਣੀ ਪੈਣੀ ਆ ਨਾ, 13ਵਾਂ ਮਹੀਨਾ ਚੱਲਦਾ, ਪੈਸਾ ਕਿਹਦੇ ਕੋਲ ਆ? ਮੂਹਰੇ ਵੱਢ ਗਿਆ ਮਿਲ ਤਾਂ ਮਿਲ ਸਕਦੇ ਆ। ਹੁਣ ਥੋੜ੍ਹੇ ਜਿਹੇ ਪੈਸਿਆਂ ਪਿੱਛੇ ਕਾਹਤੋਂ FD ਤੜਾਉਣੀ,
ਤੁਸੀਂ ਐਂ ਕਰੋ ਤੁਹਾਡੇ ਦੋਸਤ ਨਹੀਂ ਫੌਜ ਜਿਹੜੇ ਉੱਦੇ ਆਇਆ ਸੀਗਾ ਉਹਨੂੰ ਪੁੱਛ ਲਓ। ਉਹ ਤਾਂ ਗਿਆ ਯਾਰ। ਕੋਈ ਨਾ ਫੋਨ ਲਾ ਕੇ ਪੁੱਛ ਲਓ। ਚੱਲ ਫੋਨ ਲਾ ਕੇ ਪੁੱਛ ਲੂੰ। ਬਾਕੀ ਇੱਕ ਗੱਲ ਹੋਰ, ਰਾਜਪਾਲ ਤੋਂ ਪੁੱਛ ਲੈਣੇ, ਉਹਦੇ ਦੇਣ ਤਾਂ ਆਇਆ ਸੀ ਪੈਸੇ, ਘਰੇ ਆਈ ਲੱਛਮੀ ਆਪਾਂ ਮੁੜਤੀ। ਹਾਂ ਹੈ ਨਾ, ਇੰਨੇ ਪੈਸੇ ਤਾਂ ਉਹੀ ਦੇ ਦੂਗਾ ਆਪਾਂ ਨੂੰ, ਆਪਾਂ ਨੂੰ ਵਾਪਸ ਕਰ ਦਾਂਗੇ ਨਾ ਜਦੋਂ ਆਪਣੇ ਕੋਲ ਆ ਗਏ। ਮੌਕੇ ਤੇ ਮੋੜ ਦਾਂਗੇ। ਹਾਂ ਚੱਲ ਉਹਦੇ ਨਾਲ ਮੈਂ ਗੱਲ ਕਰਕੇ ਦੇਖਦੀ ਹਾਂ ਆਪਾਂ ਨੂੰ ਦੇ ਦੂਗਾ ਪੈਸੇ ਤਾਂ। ਹਾਂ ਚੱਲ ਪੁੱਛ ਲਈ ਉਹਨੂੰ, ਜੇ ਨਾ ਹੱਲ ਹੋਇਆ ਫਿਰ ਮੈਂ ਹੈਗਾ ਹੀ ਹਾਂ, ਕਰ ਹੀ ਦੇਊਂਗਾ ਨਾ। ਉਹ ਮੈਨੂੰ ਐਂ ਕਿਸੇ ਮੂਹਰੇ ਕਿਉਂ ਹੱਥ ਅੱਡਣਾ ਯਾਰ। ਉਹੀ ਤਾਂ ਗੱਲ ਆ, ਨਾਲੇ ਐਂ ਤਾਂ ਆਪਦਾ ਹੈਗਾ, ਇਹਨੂੰ ਤਾਂ ਕਦੋਂ ਮਰਜ਼ੀ ਮੋੜ ਦੇਗੇ, ਕਿਸ ਤੋਂ ਫੜਾਂਗੇ ਅਗਲਾ ਦੂਜੇ ਦਿਨ ਘਰੇ ਆ ਕੇ ਖੜਿਆ ਕਰੂਗਾ। ਨਾਲੇ ਤੈਨੂੰ ਇੱਕ ਗੱਲ ਹੋਰ ਕਹਿਣਾ, ਰਿਸ਼ਤੇਦਾਰੀ ਟੁੱਟ ਜਾਂਦੀ ਹੁੰਦੀ ਆ ਵਾਰੀ ਵਾਰੀ, ਦੇਖ ਲੈ ਯਕੀਨ ਵਾਲੇ ਬੰਦੇ ਆ। ਲੈ ਆਪਦੀ ਭੈਣ ਆ, ਤੁਹਾਨੂੰ ਪਤਾ ਨੀ ਹੈਗਾ, ਲੈ ਯਕੀਨ ਵਾਲੇ ਤਾਂ ਹੈਗੇ ਵਿਚਾਰੇ, ਤਾਂ ਇਹੋ ਜਿਹੇ ਹੈ ਹੀ ਨੀ, ਪੈਸਾ ਖਾ ਜਾਣਾ। ਭੈਣ ਤਾਂ ਹੈਗੀ ਆ, ਬਾਅਦ ਚ ਗੱਲਾਂ ਹੋਰ ਹੋ ਜਾਂਦੀਆਂ ਮਨਿੰਦਰ। ਬਾਕੀ ਦੇਖ ਲੈ, ਜੇ ਤੂੰ ਕਹਿਣੀ ਆ ਮੈਂ ਤੇਰੇ ਨਾਲ ਖੜਾ ਯਾਰ। ਨਹੀਂ ਨਹੀਂ ਕੁਛ ਨੀ ਹੁੰਦਾ ਜੀ, ਆਪਾਂ ਇੱਕ ਵਾਰੀ ਦੇ ਦੇਣੇ ਇਹਨਾਂ ਨੂੰ ਲੋੜ ਆ ਵਾਲੀ। ਬਸ ਠੀਕ ਆ ਫਿਰ, ਰਾਜਪਾਲ ਤੋਂ ਮੈਂ ਪੁੱਛਾਂਗੀ, ਤੂੰ ਪੁੱਛੇਂਗੀ? ਮੈਂ ਹੀ ਗੱਲ ਕਰ ਲੈਣੀ ਰਾਜਪਾਲ ਨਾਲ। ਹਾਂ ਚੱਲ ਤੂੰ ਪੁੱਛ ਲਈ ਫਿਰ, ਪੁੱਛੋਗੇ? ਹਾਂ ਤੇ ਜੇ ਨਾ ਉਧਰੋਂ ਹੱਲ ਹੋਇਆ ਫਿਰ ਮੈਂ ਹੈਗਾ ਬਸ। ਠੀਕ ਆ, ਕੋਈ ਨੀ, ਘਬਰਾਉਣਾ ਤੂੰ। ਠੀਕ ਹੈ, ਤੁਸੀਂ ਪੀ ਲਓ ਚਾਹ। ਕਹਿ ਦੇ ਉਹਨਾਂ ਨੂੰ ਕਿ ਦੇ ਦਾਂਗੇ ਇੱਕ ਅੱਧੇ ਦਿਨ ਚ ਪੈਸੇ। ਠੀਕ ਹੈ ਜੀ, ਚੰਗਾ।